ਇਮੀਗ੍ਰੇਸ਼ਨ ਵੱਲੋਂ ਸਟੱਡੀ ਵੀਜ਼ਾ ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 16 ਅਗਸਤ ਬਰਨਾਲਾ, 17 ਅਗਸਤ ਬਠਿੰਡਾ ਤੇ 18 ਅਗਸਤ ਪਟਿਆਲਾ। ਕੰਟੈਕਟ 70613 70613। ਕਿਉਂ ਨਾ ਇਸ ਵਾਰ US ਚਲਿਆ ਜਾਏ, ਬਟ ਮੈਂ ਤਾਂ ਕੈਨੇਡਾ ਪਲਾਨ ਕਰ ਰਹੀ ਹਾਂ। ਅੱਜ ਤਾਂ ਨਿਊਜ਼ ਪੇਪਰ ਤੁਸਾਂ ਵੀ ਪੜ੍ਹ ਲਿਆ ਲੱਗਦਾ ਹੈ। ਦਾ ਵੀਜ਼ਾ ਆਫਿਸ ਵਾਲੇ US ਕੈਨੇਡਾ ਲਈ 10 ਸਾਲ ਦਾ ਟੂਰਿਸਟ ਵੀਜ਼ਾ ਲਗਵਾ ਕੇ ਦੇ ਰਹੇ ਨੇ, ਤੁਸੀਂ ਵੀ ਪੜ੍ਹੋ। ਦਾ ਵੀਜ਼ਾ ਆਫਿਸ 90410 90410। ਮੈਂ ਤੁਹਾਡਾ ਸੁਸ਼ਾਂਤ ਸ਼ਰਮਾ, ਮੈਂ ਦਸੂਏ ਦਾ ਰਹਿਣ ਵਾਲਾ ਹਾਂ। ਮੈਨੂੰ ਡਾਂਸ ਦਾ ਬਹੁਤ ਸ਼ੌਂਕ ਹੈ, ਮੈਂ ਸਾਰਾ ਦਿਨ ਡਾਂਸ ਹੀ ਕਰਦਾ ਰਹਿੰਦਾ। ਮੇਰਾ ਬੇਟਾ ਸੁਸ਼ਾਂਤ ਜੋ ਕਿ 8th class ਵਿੱਚ ਪੜ੍ਹਦਾ ਹੈ, ਉਹ ਪੜ੍ਹਾਈ ਦੇ ਨਾਲ ਨਾਲ ਡਾਂਸ ਦਾ ਵੀ ਉਹਨੂੰ ਸ਼ੌਂਕ ਹੈ। ਕਿਸਮੇ ਕਿਤਨਾ ਹੈ ਦਮ ਦਾ ਵਰੁਣ ਬੰਸਲ ਜੀ ਨੇ ਸ਼ੋਅ ਤਿਆਰ ਕੀਤਾ ਸੀਗਾ, ਸ਼ੁਰੂ ਕੀਤਾ ਸੀਗਾ ਟੈਲੈਂਟ ਵਾਲਾ। ਉਹ ਦਸੂਏ ਦੇ ਛੋਟੇ ਸ਼ਹਿਰ ਦੇ ਵਿੱਚ ਆਇਆ ਸੀ ਕੰਪੀਟੀਸ਼ਨ ਦੇ ਤੌਰ 'ਤੇ। ਉਹ ਹੁਣ ਫਾਈਨਲ ਰਾਊਂਡ ਦੇ ਵਿੱਚ ਪਹੁੰਚ ਚੁੱਕਾ ਹੈ, ਅਤੇ ਸਾਡਾ ਵੀ ਇਹ ਹੈ ਕਿ ਚਲੋ ਅਗਰ ਬੱਚੇ ਦੀ ਉੱਧਰਲੇ ਪਾਸੇ ਇੱਛਾ ਹੈ ਤਾਂ ਉਹ ਜਾ ਸਕਦਾ ਹੈ। ਸੁਸ਼ਾਂਤ ਮੇਰਾ ਬੇਟਾ ਹੈ ਜੋ ਕਿ ਬਚਪਨ ਤੋਂ ਹੀ ਉਹਨੂੰ ਡਾਂਸ ਦਾ ਸ਼ੌਂਕ ਹੈ। ਜਦੋਂ ਉਹਦੀ ਬੂਆ ਦਾ ਵਿਆਹ ਸੀ, ਉਹ 3 ਸਾਲਾਂ ਦਾ ਸੀ, ਤਾਂ ਫਸਟ ਟਾਈਮ ਉਹਨੇ ਉੱਥੇ ਡਾਂਸ ਕੀਤਾ ਔਰ ਸਾਰਿਆਂ ਨੇ ਬਹੁਤ ਪਸੰਦ ਕੀਤਾ। ਦਿਲ ਰੱਖਤਾ ਤੇਰੇ ਕਦਮਾਂ 'ਚ, ਤੂੰ ਚੱਕ ਤਾਂ ਸਹੀ, ਤੂੰ ਚੱਕ ਤਾਂ ਸਹੀ, ਇਹ ਨਾਮ ਤੇਰਾ ਹੀ ਲੈਂਦਾ ਰਹਿੰਦਾ। ਤੂੰ ਸੁਣ ਤਾਂ ਸਹੀ, ਤੂੰ ਸੁਣ ਤਾਂ ਸਹੀ, ਮੈਂ ਪੂਰਾ ਸਾਲ ਵੇਟ ਕਰਦਾ ਸੀ ਤੇਰੀ ਹਾਂ ਦੀ, ਵੇਟ ਕਰਦਾ ਸੀ ਮੈਂ ਪੂਰਾ ਸਾਲ, ਵੇਟ ਕਰਦਾ ਸੀ ਤੇਰੀ ਹਾਂ ਦੀ, ਵੇਟ ਕਰਦਾ ਸੀ। ਮੈਨੂੰ ਲੱਗਦਾ ਰਹਿੰਦਾ ਸੀ ਡਰ ਤੇਰੇ ਪਿੱਛੇ ਲੱਗੀ ਲਾਈਨ ਦਾ, ਵੇਖੀ ਅੱਜ ਨਾ ਨਾ ਕਰ ਦੇਈ ਅੱਜ ਦਿਨ ਵੈਲਨ ਟਾਈਮ ਦਾ, ਵੇਖੀ ਅੱਜ ਨਾ ਨਾ ਕਰ ਦੇਈ ਅੱਜ ਦਿਨ ਵੈਲਨ ਟਾਈਮ ਦਾ। ਤੇਰੇ ਘਰ ਦੀ ਬਾਰੀ ਖੁੱਲਦੀ ਸੀ ਉਸੇ ਥਾਂ ਰੁਕ ਜਾਂਦਾ, ਵੇਖ ਕੇ ਸੋਹਣਾ ਮੁਖ ਮੇਰਾ ਸਾਹ ਰੁਕ ਜਾਂਦਾ ਸੀ, ਵਿੱਚੋਂ ਵੇਖ ਕੇ ਸੋਹਣਾ ਮੁਖ ਮੇਰਾ ਸਾਹ ਰੁਕ ਜਾਂਦਾ ਸੀ। ਮੇਰਾ ਨਾਮ ਹਰਨੂਰ ਸਿੰਘ ਆ, ਮੈਂ ਕੇ ਜੀ ਪੜਦਾ, ਮੈਂ ਮੈਨੂੰ ਭੰਗੜੇ ਦਾ ਬੜਾ ਸ਼ੌਂਕ ਆ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ, ਮੈਂ ਹਰਨੂਰ ਦੀ ਮੰਮਾ ਆ। ਮੇਰਾ ਨਾਮ ਨਵਦੀਪ ਕੌਰ ਆ ਅਤੇ ਹਰਨੂਰ ਬਹੁਤ ਹੀ ਸ਼ਰਾਰਤੀ ਆ, ਬੜੀਆਂ ਸ਼ਰਾਰਤਾਂ ਕਰਦਾ ਵਾ, ਅਤੇ ਹਰਨੂਰ ਨੂੰ ਸ਼ੁਰੂ ਤੋਂ ਹੀ ਭੰਗੜੇ ਦਾ ਬੜਾ ਸ਼ੌਂਕ ਸੀਗਾ। ਬੱਕੇ KHD ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ, ਮੈਂ ਉਹਨਾਂ ਦੇ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੇਰੇ ਬੱਚੇ ਨੂੰ ਅੱਗੇ ਕਾਫੀ ਅੱਗੇ ਤੱਕ ਖੜਿਆ, ਇਹ ਪਲੇਟਫਾਰਮ ਮਤਲਬ ਦਿੱਤਾ, ਇੱਕ ਪਹਿਚਾਣ ਮਿਲ ਗਈ ਹਰਨੂਰ ਨੂੰ ਇਹਦੇ ਨਾਲ। My standard 4th angel, my hobby is dance. Dance वगैरह में इसका बहुत है लगाव है शुरू से ही। KHD चल रहा है, इसमें भी इसने परफॉर्म किया है, उसने काफ़ी राउंड्स इसने कंप्लीट कर लिए हैं, और हमारा यही सपना है कि KHD फाइनल जीत कर जाए, हमारा हमारे शहर का नाम रोशन करे। इसको डांसिंग में भी प्राइज मिले हैं, अभी KHD में भी है,
फाइनलिस्ट में डांस में गई है, इसमें भी हमें बहुत खुशी हुई है। आई विश टू गॉड इसकी क्रिएटिविटी ऐसे ही बनी रहे और ये आगे ऐसे ही तरक्की। शो दे डायरेक्टर वरुण बंसल सर जी का बहुत थैंक्स करती हूँ कि वह मैंने इन्नी अगे तक लैके आए थे, मेरे और बच्चे इसी तरह अगे जान तो अपने माता पिता का नाम रोशन करन। ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 16 ਅਗਸਤ ਬਰਨਾਲਾ, 17 ਅਗਸਤ ਬਠਿੰਡਾ ਤੇ 18 ਅਗਸਤ ਪਟਿਆਲਾ। ਕੰਟੈਕਟ 70613 70613। ਛੁੱਟੀਆਂ ਕਿਉਂ ਨਾ ਇਸ ਵਾਰ US ਚਲਿਆ ਜਾਏ, ਬਟ ਮੈਂ ਤਾਂ ਕੈਨੇਡਾ ਪਲਾਨ ਕਰ ਰਹੀ ਹਾਂ। ਅੱਜ ਤਾਂ ਨਿਊਜ਼ਪੇਪਰ ਤੁਸਾਂ ਵੀ ਪੜ੍ਹ ਲਿਆ ਲੱਗਦਾ ਹੈ, ਦਾ ਵੀਜ਼ਾ ਆਫਿਸ ਵਾਲੇ US ਕੈਨੇਡਾ ਲਈ 10 ਸਾਲ ਦਾ ਟੂਰਿਸਟ ਵੀਜ਼ਾ ਲਗਵਾ ਕੇ ਦੇ ਰਹੇ ਨੇ, ਤੁਸੀਂ ਵੀ ਪੜ੍ਹੋ। ਦਾ ਵੀਜ਼ਾ ਆਫਿਸ 90410 90410। अपना USA पढ़ाई करने का सपना करो साकार, अप्लाई करो USA स्टडी वीजा द वीजा ऑफिक दी सलाह नाल। कॉल करो 92570 92570 92570 92570। हाय, मेरा नाम अनामिका शर्मा है और मैं 9th ब्लू क्लास में पढ़ती हूँ। पढ़ाई के साथ साथ मैं डांस में भी बहुत इंटरेस्ट रखती थी। मैं पवन कुमार शर्मा कृष्णा कॉलोनी दसुआ, ये मेरी बेटी अनामिका शर्मा, ये अपने डांसिंग में फाइनल में पहुंच चुकी है। तो इसका जो बचपन से ही जो रुझान था डांसिंग में बहुत बेहतर था और ये शुरू तो ही बचपन तो ही डांसिंग करती सी और मैनू कई बार महसूस हुंदा सी कि ये बच्चा आगे जाके किस तरह चलेगा, बट इहदा इंटरस्ट होर भी वधदा गया और मैनू बहुत ज़्यादा खुशी है कि मेरी बेटी बहुत ज़्यादा अगे वध रही है। ਮੇਰਾ ਨਾਮ ਹੈ ਹਰਮਨਪ੍ਰੀਤ ਸਿੰਘ ਅਤੇ ਮੈਂ 8ਵੀਂ ਜਮਾਤ ਵਿੱਚ ਪੜ੍ਹਦਾ ਵਾਂ। ਜਦ ਮੈਂ ਬਹੁਤ ਛੋਟਾ ਸੀ ਅਤੇ ਮੇਰੇ ਪਾਪਾ ਦਾ ਸ਼ੌਂਕ ਸੀ ਕਿ ਮੈਂ ਡਾਂਸ ਵਿੱਚ ਪਾਰਟੀਸਪੇਟ ਕਰਾਂ। ਸਤਿ ਜੀ, ਮੈਂ ਹਰਮਨਪ੍ਰੀਤ ਦੀ ਮੰਮਾ ਵਾਂ। ਹਰਮਨਪ੍ਰੀਤ ਨੂੰ ਬਚਪਨ ਦਾ ਹੀ ਸ਼ੌਂਕ ਹੈ ਮਤਲਬ ਇਸ ਡਾਂਸ ਦਾ ਔਰ ਇਹ ਸਕੂਲ ਵਗੈਰਾ ਵੀ ਜਾ ਕੇ ਪਾਰਟੀਸਪੇਟ ਕਰਦਾ ਸੀ, ਉੱਥੋਂ ਕਾਫੀ ਨਾਮ
ਜਿੱਤ ਕੇ ਆਉਂਦਾ ਸੀ। ਮੈਂ ਬਹੁਤ ਧੰਨਵਾਦ ਕਰਦਾ ਵਰੁਣ ਮਨਸਾ ਸਾਹਿਬ ਦਾ ਜੋ ਕਿ ਮੈਨੂੰ ਇੱਥੇ ਤੱਕ ਲਗਾਇਆ। ਥੈਂਕ ਯੂ ਵਰੁਣ। ਮੇਰੀ ਉਮਰ 14 ਸਾਲ ਹੈ। ਨਿੱਕੀ ਹੁੰਦੇ ਡਾਂਸ ਦਾ ਸ਼ੌਂਕ ਸੀ ਅਤੇ ਫਿਰ ਅਸੀਂ ਸੀ ਜੀ ਇਹਨੂੰ ਇਸ ਕੰਮ ਦੇ ਵਿੱਚ ਲੈਂਦਾ ਅਤੇ ਹੁਣ ਇਹਨੂੰ 6 ਮਹੀਨੇ ਹੋ ਗਏ ਡਾਂਸ ਕਰਦੇ ਨੂੰ। ਅਸੀਂ ਵਰਨ ਬੰਸ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਪਲੇਟਫਾਰਮ ਚਲਾਇਆ, ਸਾਡੇ ਬੱਚੇ ਨੂੰ ਇਸ ਕਾਬਿਲ ਸਮਝਿਆ ਕਿ ਇਹ ਕੁਛ ਕਰ ਸਕਦਾ। ਹੈਲੋ, ਮੇਰਾ ਨਾਮ ਅਮਨਪ੍ਰੀਤ ਕੌਰ ਹੈ। ਮੈਂ 9th ਕਲਾਸ ਮੈਂ ਪੜ੍ਹਦੀ ਹੂੰ। ਵੀ ਸਕੂਲ ਮੈਂ ਕੰਪੀਟੀਸ਼ਨ ਹੋਤੇ ਹੈ, ਮੈਂ ਉਸਮੇ ਭਾਗ ਲੈਤੀ ਔਰ ਬਿਨਾਂ ਪੜ੍ਹ ਕਰ ਆਤੀ ਹੂੰ। ਸ਼ੁਰੂ ਤੋਂ ਹੀ ਮਤਲਬ ਡਾਂਸ ਨੂੰ ਦਾ ਬੜਾ ਸ਼ੌਕ ਹੈ, ਮਤਲਬ ਉਹਨੂੰ ਪ੍ਰਾਈਜ਼ ਪ੍ਰੂਈ ਲਿਆਉਂਦਾ, ਮਤਲਬ ਇਹ ਆ ਵੀ ਹਰ ਕੰਮ ਗਿੱਧੇ ਦੇ ਵਿੱਚ ਵੀ ਪਹਿਲੇ ਨੰਬਰ 'ਤੇ ਆਉਣਾ ਵਧੀਆ ਲੱਗਦਾ ਉਹਨੂੰ। ਮੇਰੀ ਬੇਟੀ ਪੜ੍ਹਨ ਵਿੱਚ ਵੀ ਹੁਸ਼ਿਆਰ ਹੈ ਅਤੇ ਘਰ ਦੇ ਕੰਮ ਵੀ ਮੇਰੇ ਨਾਲ ਕਰਦੀ ਹੈ, ਉਹ ਆਇਆਂ ਗਿਆਂ ਦਾ ਵੀ ਸਤਿਕਾਰ ਕਰਦੀ ਹੈ। ਮਤਲਬ ਜਿਹੜਾ ਡਾਂਸ ਦਾ ਸ਼ੌਂਕ ਬਚਪਨ ਤੋਂ ਹੀ ਹੈ। ਅਜਿਹੀ ਪ੍ਰਾਰਥਨਾ ਕਰਦੀ ਹੂੰ ਕਿ ਫਾਈਨਲ ਰਾਊਂਡ ਮੈਂ ਜੀਤ ਕਰ ਆਊਂ, ਮੈਂ ਆਪਣੇ ਮੰਮੀ ਪਾਪਾ ਔਰ ਸਕੂਲ ਦਾ ਨਾਮ ਰੌਸ਼ਨ ਕਰੂੰ। I study in 9th class. I am 16 years and mujhe padhai likhai aur games ka bahut shauk hai, lekin mujhe dance ka bahut zyada shauk hai. Dance mera passion hai, mera desire hai aur dance meri hobby. saadi beti Kanchan, ਇਸ ਨੂੰ ਪੜ੍ਹਾਈ ਦਾ ਅਤੇ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਇਸਮੇ ਕਿਤਨਾ ਦਮ ਹੈ, ਇਸ ਵਿੱਚ ਇਸਨੇ ਪਾਰਟੀਸਪੇਟ ਕੀਤਾ ਕਿ ਅੱਗੇ ਵੀ ਇਹ ਸਾਡਾ ਨਾਮ ਰੌਸ਼ਨ ਕਰੇ। ਮੇਰੀ ਬੇਟੀ ਕੰਚਨ, ਉਸਨੂੰ ਸ਼ੁਰੂ ਤੋਂ ਡਾਂਸ ਕਰਨ ਦਾ, ਖੇਡਣ ਦਾ, ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮਾਂ ਦਾ ਬਹੁਤ ਸ਼ੌਂਕ ਹੈ। ਅਸੀਂ ਅੱਜ ਵਰਨ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਇਹ ਪ੍ਰੋਗਰਾਮ ਚਲਾਇਆ ਅਤੇ ਸਾਡੀ ਬੇਟੀ ਨੂੰ ਇੱਥੋਂ ਤੱਕ ਪਹੁੰਚਾਇਆ।
ਸੈਮੀਨਾਰ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਤੇ ਵੀਜ਼ਾ ਦੀ ਐਕਸਪਰਟ ਗਾਈਡੈਂਸ ਲਈ ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ICCRC ਮੈਂਬਰ ਡਾਕਟਰ ਰਵੀ ਗਰਗ ਨੂੰ ਤੁਹਾਡੇ ਆਪਣੇ ਸ਼ਹਿਰ ਵਿੱਚ ਮਿਲਣ ਦਾ ਸੁਨਹਿਰੀ ਮੌਕਾ। 16 ਅਗਸਤ ਬਰਨਾਲਾ, 17 ਅਗਸਤ ਬਠਿੰਡਾ ਤੇ 18 ਅਗਸਤ ਪਟਿਆਲਾ। ਕੰਟੈਕਟ 70613 70613। एक एक स्विच दे सुरक्षा का वादा। निरोल इलेक्ट्रिकल्स के साथ ड्यूरेबिलिटी ज्यादा, बिल आधा। निरोल स्विचेस और तार हैं ISI सर्टिफाइड। बारिशों या रोजमर्रा की सीलन, करंट लगने का डर अब और नहीं। निरोल वायर्स और केबल्स है ना, जो बने हैं आपकी सुरक्षा के लिए। निरोल, निरोल निभाएं जीवन भर का साथ। अपना USA पढ़ाई करन दा सपना करो साकार। अप्लाई करो USA स्टडी वीजा द वीजा ऑफ इक दी सलाह नाल। कॉल करो 92570 92570 92570 92570। हेलो एवरीबॉडी, माय नेम इज मुनपरी। मुझे डांस का बहुत शौक है, मैं दिन रात डांस कर सकती हूँ। नजरों तो डर दे रखा करके बंद बारियां, आंखों विच पाउडर गंदा लो डर दो नारियां। मैं बहुत बहुत शुक्रगुजार हूँ वर्ण बंसल जी का, जिन्होंने मेरी बेटी नू इस मकाम ते पहुंचाया। मेरी बेटी जो कि बहुत ख्वाहिश है उसकी कि डांस करन दी, बचपन तो लैके अज बहुत तो डांस करती है। सत श्री अकाल, मैं मुनपरी की मम्मा कवलजीत कौर। हाँ जी, ये बहुत ही शरारती है भी डांस का, तो इन इन्ना ज़्यादा क्रेज़ है ना कि मैं हमेशा जो दो साल की सी ना, इसनों उदों ही इन्हें टीवी में लगा के देना ना डांस का, बस इन्हें डांस इतने गौर ना देखना कि टीवी तो नज़र नहीं हटानी कि मैं बस देख ही जाऊँ। कक्षा में पढ़ती हूँ और मुझे डांसिंग का बहुत शौक है। प्राची मेरी बेटी है, उन्होंने बचपन तो ही डांस का ते पढ़न का बहुत शौक है, क्योंकि उदा इन चलो कोई जानता नहीं, पर हूँ लोग जानन लग पे है। इस करके मैं वर्ण बंसल जी का भी बहुत धन्यवाद करता जिन्होंने यह जहाँ रियलिटी शो शुरू किया, तो बच्चे छोटे छोटे बच्चों तो लैके व्ड्या तक लोगों को मौका दिता। मैं KKSD में पार्टिसिपेट किया है और अब मुझे जिनको मैं नहीं जानती वो भी मुझे अब जानते हैं। थैंक यू KKSD।
स्कूल से भी यानी जो भी फंक्शन फुंक्शन होंगे उसे पार्टीसपेट करती है वो ठीक है। वो टीचर भी जिन्हें सारे खुश ने पूरी सपोर्ट करते जी वो सानू भी इस गलों क्या कि भी बच्चे का कहने का मतलब कि पूरी सपोर्ट करो ताकि बच्चा गांव तो गांव जाए तो इस करके जिन्ना साढ़े को हो सकता आप करते हैं वो सपोर्ट। मेरी बेटी का शौक बहुत है डांस करने के, घर में भी काम करवाती है, बहुत खुश रहती है, यहाँ मेरे साथ में भी काम करवाती है। मैं अपने फैमिली वाले का थैंक यू करती हूँ और KKSD का भी बहुत धन्यवाद करती हूँ। स्कूल से भी वधिया परफॉर्मेंस करती है, कोई पार्टिसिपेंट करती, कोई फंक्शन होए उस भी डांस वगैरह करने तो बहुत शौकीन है ही ज़्यादा। मेरा ना पूरा साथ दे रही है, ये भी मेरे ना काफ़ी साथ दे रही है। मेरे चलो काफ़ी जाने कह रहे कि नहीं नहीं करना, बट चलो मैंने शौक है कि जो मेरा बचपन का शौक है जो मैं अपने बच्चे के थ्रू देखती पी हूँ।
everyone. My name is Gurpreet Kaur. I read in 8th class. My hobbies is dancing and singing. Mainu par poetry da vi likhan da ate bolan da bahut shauk hai. Sat Sri Akaal ji, mera naam Chandru Singh hai. Main pind Lirpur to belong karda hai. Gurpreet meri beti hai jisne KKHT de vich kavita de vich bhag liya hai. Aur meri beti nu shuru to hi ਕਵਿਤਾ ਲਿਖਣ ਦਾ ਗਾਉਣ ਦਾ ਸ਼ੌਂਕ ਹੈ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਸਾਨੂੰ ਬਹੁਤ ਖੁਸ਼ੀ ਆ ਵੀ ਜੋ ਸਾਡੀ ਬੱਚੀ ਫਾਈਨਲ ਜਿੱਤ ਗਿਆ ਮੇਰੇ ਗੁਰਪ੍ਰੀਤ ਨੂੰ ਬਹੁਤ ਜ਼ਿਆਦਾ ਸ਼ੌਂਕ ਜੇ ਪੜ੍ਹਾਈ ਦਾ ਵੀ ਕਰਦੇ ਕੰਮ ਕਰਦਾ ਫਿਰ ਕਵਿਤਾ ਦੇ ਵਿੱਚ ਵੀ ਬਹੁਤ ਜ਼ਿਆਦਾ ਵੀ ਅੱਗੇ ਜਾ ਰਹੀ ਹੈ ਮੈਂ KKHD ਸ਼ੋਅ ਦੇ ਡਾਇਰੈਕਟਰ ਵਰੁਣ ਬਾਂਸਲ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਬੱਚਿਆਂ ਨੂੰ ਪਲੇਟਫਾਰਮ ਪ੍ਰਦਾਨ ਕੀਤਾ ਹੈ ਅਤੇ ਮੈਂ ਚਾਹੁੰਦੀ ਹਾਂ ਵੀ ਮੇਰੇ ਵਾਂਗ ਹੋਰ ਵੀ ਬੱਚੇ ਇਹਦੇ ਵਿੱਚ ਪਾਰਟੀਸਪੇਟ ਕਰਨ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਜਿਸ ਕੌਮ ਚ ਅਣਖਣਾ ਭਰੀ ਹੋਵੇ ਰਾਖੀ ਉਹ ਨਹੀਂ ਆਪਣੀ ਕਰ ਸਕਦੀ ਜਿਸ ਕੌਮ ਦੀ ਹੋਵੇ ਨਾ ਹੋਂਦ ਉੱਚੀ ਉਹ ਨਹੀਂ ਦੂਜਿਆਂ ਵਾਸਤੇ ਮਰ ਸਕਦੀ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਚਾਅ ਹੋਵੇ ਛਾਤੀ ਵੈਰੀਆਂ ਦੇ ਮੂਹਰੇ ਤਾਂਦੀਆਂ ਨੇ ਗੱਲਾਂ ਨਾਲ ਨਾ ਕਦੇ ਕੋਈ ਕੌਮ ਬਣਦੀ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਕੌਮ ਹੋਵੇ ਜੇ ਕਾਇਰਡਰ ਪੋਕਤਾਂ ਦੀ ਉਹਨੇ ਕੰਮ ਭਲਾਈ ਦੇ ਕਰਨੇ ਕੀ ਜਿਹੜੀ ਕੌਮ ਤਲਵਾਰ ਦੀ ਨਹੀਂ ਜਾਣੂ ਉਹਨੇ ਪੈਰ ਮੈਦਾਨ ਵਿੱਚ ਧਰਨੇ ਕੀ ਹੁੰਦੀ ਉਸ ਦੀ ਕੁੱਖ ਸੁਲੱਖਣੀ ਹੈ ਪੁੱਤ ਸੂਰਮੇ ਮਾਵਾਂ ਜੋ ਜਾਂਦੀਆਂ ਨੇ ਗੱਲਾਂ ਨਾਲ ਨਾ ਕਦੇ ਕੋਈ ਕੌਮ ਬਣਦੀ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਸਿੱਖ ਕੌਮ ਦਾ ਪੜ੍ਹ ਇਤਿਹਾਸ ਵੇਖੋ ਕੀਤੇ ਮਾਵਾਂ ਨੇ ਪੈਦਾ ਦਲੇਰ ਪੁੱਤਰ ਲੱਖਾਂ ਵਿੱਚ ਖਲੋ ਕੇ ਰਹੇ ਲੜਦੇ ਜੋਧੇ ਮਰਦ ਅਣਖੀਲੇ ਨੇ ਸ਼ੇਰ ਪੁੱਤਰ ਛੁੱਟੀਆਂ ਕਿਉਂ ਨਾ ਇਸ ਵਾਰ US ਚਲਿਆ ਜਾਏ ਬਟ ਮੈਂ ਤਾਂ ਕੈਨੇਡਾ ਪਲਾਨ ਕਰ ਰਹੀ ਹਾਂ ਅੱਜ ਤਾਂ ਨਿਊਜ਼ਪੇਪਰ ਤੁਸਾਂ ਵੀ ਪੜ੍ਹ ਲਿਆ ਲੱਗਦਾ ਹੈ ਦਾ ਵੀਜ਼ਾ ਆਫਿਸ ਵਾਲੇ US ਕੈਨੇਡਾ ਲਈ 10 ਸਾਲ ਦਾ ਟੂਰਿਸਟ ਵੀਜ਼ਾ ਲਗਵਾ ਕੇ ਦੇ ਰਹੇ ਨੇ ਤੁਸੀਂ ਵੀ ਪੜ੍ਹੋ ਦਾ ਵੀਜ਼ਾ ਆਫਿਸ 90410